ਨਿਆਣੇ ਸਟੰਡ ਫਾਰਮ ਲਿਖਿਆ ਤਾ ਪਰ ਜਾਨਵਰ ਖੜਾਈ ਖੜੇ ਸਾਰੇ ਕਰੋ ਸ਼ੌਂਕ ਵਾਹ ਜੀ ਵਾਹ ਕਿਆ ਬਾਤ ਹੈ ਗਿਆਨ ਭਾਈ ਕਿਹਾ ਗੁਰੂ ਸਾਹਿਬ ਨੇ ਘੋੜੇ ਨੂੰ ਕਹਿੰਦੇ ਸ਼ਹੀਦਾਂ ਦਾ ਪਹਿਰਾ ਰਹਿੰਦਾ ਜਿੱਥੇ ਜਿਹਦੇ ਵੀ ਘੋੜੇ ਰੱਖੇ ਹੋਏ ਐਡੀ ਪਾਵਰ ਆ ਘੋੜਿਆਂ ਦੇ ਵਿੱਚ ਤੁਸੀਂ ਐਂ ਹਿਸਾਬ ਲੜੋ ਜਮੇ ਜੁੜੇ ਪਏ ਆ ਬਈ ਗਾਣ ਦੇ ਕਿਹੜਾ ਪਿੰਡ ਆ ਬਈ ਆਪਣਾ ਕਿਹੜਾ ਪਿੰਡ ਮੰਗਵਾਲ ਸੇਲ ਸਾਰੇ ਜਾਨਵਰ ਹੀ ਸੇਲ ਠੀਕ ਆ ਨੰਬਰ ਕਿੰਨਾ ਬਈ ਆਪਣਾ 94979 ਸੀਕਾਣਾ ਆ 79925 ਮੰਗਵਾਲ ਪਿੰਡ ਸੰਗਰੂਰ ਚ ਹਨਾ ਆਹ ਸਾਰੇ ਸੇਲ ਆਹ ਬਾਈਆਂ ਨੇ ਜਿਹੜਾ ਸੋ ਖਾਤਰ ਲਿਆਂਦਾ ਪਿਆ ਤੇ ਆਹ ਸੇਲ ਨੇ ਦੂਜੇ ਜਾਨਵਰ ਸਾਰੇ ਜੇ ਕਿਸੇ ਨੇ ਕੋਈ ਹੈਗਾ ਚੌਂਕੀ ਭਰਾ ਲੈਣ ਵਾਲਾ ਤਾਂ ਸੰਪਰਕ ਬਾਈਆਂ ਨਾਲ ਕਰ ਸਕਦਾ ਤੇ ਬਾਈਆਂ ਦਾ ਆਪਾਂ ਨੰਬਰ ਤਾਂ ਲਿੱਤਾ ਵੀ ਇਹ ਵੀ ਕੋਈ ਵੀਡੀਓ ਦੇਖ ਕੇ ਕਿਸੇ ਭਰਾ ਦਾ ਸ਼ੌਂਕ ਜਿਹੜਾ ਹੁੰਦਾ ਵੀ ਲੈਣ ਦਾ ਜਾਨਵਰ ਹੈ ਨਾ ਮੇਲੇ 'ਤੇ ਨਹੀਂ ਕਈ ਵਾਰੀ ਟਾਈਮ ਲੱਗਦਾ ਆਉਣ ਜਾਣ ਦਾ ਜਾਂ ਕਿਵੇਂ ਆਪਾਂ ਤਾਂ ਹੀ ਸਾਰੀਆਂ ਵੀਡੀਓ ਦੇ ਵਿੱਚ ਨੰਬਰ ਆਪਾਂ ਇਕੱਲੇ ਇਕੱਲੇ ਸ਼ੌਂਕੀ ਭਰਾ ਨੇ ਜਿੰਨੇ ਸਾਰਿਆਂ ਦੇ ਲਈ ਜਾਂਦੇ ਹਾਂ ਵੀਡੀਓ ਦੇ ਵਿੱਚ ਤਾਂ ਛੱਡੀ ਜਾਂਦੇ ਹਾਂ ਵੀ ਜੇ ਕਿਸੇ ਦਾ ਕਈ ਵਾਰੀ ਬਾਅਦ ਸੌਦਾ ਬਣ ਜਾਂਦਾ ਜਾਂ ਇੱਥੇ ਮੇਲੇ 'ਤੇ ਨਹੀਂ ਕਿਸੇ 'ਤੇ ਪਹੁੰਚ ਹੁੰਦੀ ਪੈਸੇ ਘੱਟ ਜਾਂਦੇ ਜਾਂ ਕੋਈ ਹੋਰ ਆ ਫਿਰ ਅਗਲਾ ਮਗਰੋਂ ਬਾਅਦ 'ਚ ਅਗਲੇ ਦੇ ਘਰ ਜਾ ਕੇ ਵੀ ਜਾਨਵਰ ਆ ਜਿਹੜਾ ਲੈ ਆਉਂਦਾ ਆਪਾਂ ਤਾਂ ਹੀ ਸਾਰੇ ਭਰਾਵਾਂ ਦੇ ਜਿਹੜੇ ਨੰਬਰ ਆ ਆਪਾਂ ਨਾਲ ਦੀ ਨਾਲ ਲਈ ਜਾਂਦੇ ਹੈਗੇ ਵੀ ਵੀਡੀਓ ਦੇ ਵਿੱਚ ਜਿਹੜਾ ਕਲੀਅਰ ਹੋ ਜਾਵੇ ਅਗਲੇ ਨੂੰ ਜਾਨਵਰ ਲੈਣਾ ਸੌਖਾ ਹੋ ਜਾਵੇ ਵੀਡੀਓ ਪਾਉਣ ਦਾ ਮਤਲਬ ਆਪਣਾ ਫੇਰ ਹੀ ਆ ਆਪਾਂ ਨਾਲੇ ਆਪਣਾ ਸ਼ੌਂਕ ਹੋਈ ਜਾਂਦਾ ਵੀਡੀਓ ਪਾਉਣ ਦਾ ਜਾਨਵਰਾਂ ਦਾ ਸ਼ੌਂਕ ਕਰੀਏ ਨਾਲੇ ਜਾਨਵਰ ਘਰ ਬੈਠੇ ਬੰਦਿਆਂ ਦੇ ਸ਼ੌਂਕ ਪੂਰਾ ਹੋ ਜਾਂਦਾ ਨਾਲੇ ਜੇ ਕਿਸੇ ਨੇ ਕੋਈ ਜਾਨਵਰ ਲੈਣਾ ਵੇਚਣਾ ਖਰੀਦਣਾ ਤਾਂ ਉਹ ਬੰਦਿਆਂ ਨੂੰ ਸੌਖ ਹੋ ਜਾਂਦੀ ਆ ਘਰ ਜਾ ਕੇ ਵੀ ਬੰਦਾ ਮੰਗਵਾਲ ਪਿੰਡ ਆ ਬਾਈਆਂ ਦਾ ਨੰਬਰ ਬਾਈਆਂ ਨੇ ਛੱਡਤਾ ਅਤੇ ਜੇ ਕਿਸੇ ਨੇ ਕਰਨਾ ਹੋਵੇ ਸੰਪਰਕ ਵੀਡੀਓ ਦੇ ਵਿੱਚੋਂ ਨੰਬਰ ਕੱਢ ਕੇ ਅਤੇ ਬਾਈ ਫੋਨ ਲਾ ਸਕਦੇ ਆ ਬਹੁਤ ਸੋਹਣੇ ਘੋੜੇ ਆ ਬਾਈ ਸਾਰੇ ਆਹ ਘੋੜੇ ਚਮਕ ਦੇ ਕਿੰਨੇ ਆ ਇਹਨਾਂ ਦੇ ਸਾਰੇ ਘੋੜੇ ਚਮਕਾਏ ਪਏ ਪੂਰੇ ਵਧੀਆ ਆਏ ਚਮਕਾ ਪੂਰੀ ਹਾਂ ਅੱਡੋ ਵੱਡ ਹਿਸਾਬ ਕਿਤਾਬ ਹੁੰਦਾ ਆਹ ਤਾਂ ਹੀ ਤਾਂ ਕਹਿੰਦੇ ਇਹਦੀ ਸ਼ਾਈਨਿੰਗ ਦੇ ਕਿੰਨੀ ਆ ਇਹਦੀ ਇਹ ਵੀ ਫੇਲ ਕਰਿਆ ਵਾ ਆਹ ਸਾਰੇ ਸੇਲ ਨੇ ਉਹ ਇਕੱਲਾ ਸ਼ੋਅ ਖਾਤਰ ਲੈ ਗਿਆ ਕਾਲਾ